ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਹਾਸਿਲ ਕਰਨ ਲਈ ਸਬਸਕ੍ਰਾਈਬ ਬਟਨ ਦੇ ਨਾਲ ਬਣੇ ਬੈਲ ਆਈਕਨ ਤੇ ਕਲਿੱਕ ਕਰਨਾ ਬਿਲਕੁਲ ਨਾ ਭੁੱਲਿਓ ਇਹਦੇ ਨਾਲ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਜਿਹੜੀ ਨਵੀਂ ਅਪਲੋਡ ਹੋਏਗੀ ਉਹਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ ਸੋ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਆਪਾਂ 7ਵਾਂ ਚੈਪਟਰ ਆਪਣਾ ਪੂਰਾ ਕੰਪਲੀਟ ਕਰ ਲਾਂਗੇ ਤੇ ਕੱਲ ਨੂੰ ਸ਼ੁਰੂ ਕਰਾਂਗੇ ਆਪਣਾ 8ਵਾਂ ਚੈਪਟਰ ਤੇ ਜੇਕਰ ਤੁਹਾਨੂੰ ਸਾਡਾ ਇਹ ਕੀਤਾ ਹੋਇਆ ਉਪਰਾਲਾ ਜਾਂ ਸਾਡਾ ਜਿਹੜਾ ਵੀਡੀਓ ਵਾਲਾ ਕੰਟੈਂਟ ਤੁਹਾਨੂੰ ਵਧੀਆ ਲੱਗਦਾ ਤੇ ਫਿਰ ਸਾਡੀ ਵੀਡੀਓਜ਼ ਤੇ ਸਾਡੇ ਚੈਨਲ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਆਪਣੇ ਭੈਣ ਭਰਾਵ ਤਾਜੋ ਸਾਡੀ ਆਵਾਜ਼ ਹਰ ਇੱਕ ਪੈਰਪ੍ਰਾਤਿਕ ਪਹੁੰਚ ਸਕੇ ਜਿਹੜਾ ਇਟਲੀ ਵਿੱਚ ਰਹਿੰਦਾ ਹੈ। ਸੋ ਚਲੋ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਫ੍ਰੀ ਸੀਰੀਜ਼ ਪਤੇਂ ਤੇ ਚੀਨ ਪੰਜਾਬੀ। ਸੋ ਜੀ 163 ਨੰਬਰ ਪੇਜ ਨਾਮ ਤੋਂ ਹੀ ਪਤਾ ਲੱਗਦਾ ਪਏ ਦੇ ਲਿਮਿਟਾ ਤੋਰੇ ਦੀ ਵੈਲੋਚਿਤਾ। ਭਾਗ ਪਹਿਲਾ ਇਹਦਾ ਇਸ ਤੋਂ ਬਾਅਦ ਇੱਕ ਹੋਰ ਭਾਗ ਹੋਏਗਾ। ਨਾਮ ਤੋਂ ਹੀ ਪਤਾ ਲੱਗਦਾ ਪਏ ਜਿੱਦਾਂ ਕਿ ਲਿਮਿਟਾ ਤੋਰੇ ਵੀ ਇੱਕ ਲਿਮਿਟ ਕਰ ਦੇਵੇਗਾ ਆਪਣੀ ਸਪੀਡ ਤੇ ਵੀ ਇੱਕ ਪਰਟੀਕੂਲਰ ਗੱਡੀ ਆ। ਉਹ 50 ਤੋਂ ਉੱਤੇ ਨਹੀਂ ਜਾਏਗੀ ਉਹ 60 ਤੋਂ ਉੱਤੇ ਨਹੀਂ ਜਾਏਗੀ ਉਹ 70 ਤੋਂ ਉੱਤੇ ਨਹੀਂ ਜਾਏਗੀ 80 ਤੋਂ ਉੱਤੇ ਨਹੀਂ ਜਾਏਗੀ ਇਸ ਤਰੀਕੇ ਦੀ ਇੱਕ ਸਪੀਡ ਲਿਮਿਟ ਸੈੱਟ ਕਰ ਦੇਗਾ ਵੀ ਇੰਨੀ ਸਪੀਡ ਤੱਕ ਤੇ ਤੂੰ ਚੱਲਣਾ ਪਿਆ ਪਰ ਇਸ ਤੋਂ ਉੱਤੇ ਨਹੀਂ ਜਾ ਸਕਦਾ ਤੇ ਉਹਨੂੰ ਰੋਕਣ ਬਦਲੇ ਇੱਕ ਸਿਸਟਮ ਹੁੰਦਾ ਜਿਹੜਾ ਗੱਡੀ ਦੇ ਵਿੱਚ ਲਗਾਇਆ ਜਾਂਦਾ ਕੁਝ ਇਸ ਤਰੀਕੇ ਦਾ ਹੁੰਦਾ ਹੈ ਡਿਵਾਈਸ ਇਸ ਤਰੀਕੇ ਦਾ ਹੋਏਗਾ ਸੋ ਕੀ ਕਰੇਗਾ ਜਿਵੇਂ ਗੱਡੀ ਇੱਕ ਪਾਰਟਿਕੂਲਰ ਸਪੀਡ ਤੇ ਪਹੁੰਚੇਗੀ ਉਸ ਤੋਂ ਬਾਅਦ ਉਹ ਗੱਡੀ ਦੇ ਅੱਗੇ ਤੇਲ ਜਿਹੜਾ ਭੇਜਣਾ ਹੁੰਦਾ ਅੱਗੇ ਨਿਤੋਰੀ ਨੂੰ ਉਹ ਕੱਟ ਕਰ ਦੇਗਾ ਉਸੇ ਹਿਸਾਬ ਨਾਲ ਰੱਖੇਗਾ ਵੀ ਇਸ ਤੋਂ ਉੱਤੇ ਨਾ ਜਾਵੇ ਬਸ ਜਿਹੜੀ ਸਪ ਠੀਕ ਹੈ ਜੀ ਸੋਇਆ ਹੁੰਦਾ ਲਿਮਿਟਟਰ ਦੇ ਕੰਮ ਸੋ ਵੱਧਿਆ ਪਹਿਲੇ ਸਵਾਲ ਤੇ ਕੀ ਕਹਿੰਦਾ ਇਲਿਮਿਟਟਰ ਦੇ ਦੀ ਵੇਲੋਚਿਤਾ ਐਉਂ ਦੀ ਪੋਜੀਟਿਵ ਓਕੇ ਇੰਟਰਵੀਏਨੇ ਸੁਲ ਇਨੈਜ਼ਿਓਨੇ ਦਲ ਕੰਬਸਟਿਬਿਲੇ ਸੋ ਇਸ ਸਵਾਲ ਚ ਕਹਿੰਦਾ ਪਿਆ ਜਿਹੜਾ ਲਿਮਿਟਟਰ ਦੇ ਦੀ ਵੇਲੋਚਿਤਾ ਹੁੰਦਾ ਉਹ ਇੱਕ ਐਸਾ ਡਿਵਾਈਸ ਏ ਜਿਹੜਾ ਦਖਲ ਦਿੰਦਾ ਹੈ ਇੰਟਰਵੀਏਨੇ ਦਖਲ ਦਿੰਦਾ ਜਿਹੜਾ ਫਿਊਲ ਇੰਜੈਕਸ਼ਨ ਹੁੰਦੇ ਨੇ ਜਿਹੜਾ ਫਿਊਲ ਜਿਹੜਾ ਆਪਾਂ ਤੇਲ ਅੱਗੇ ਭੇਜਿਆ ਜਾਂਦਾ ਉਹਦੇ ਵਿੱਚ ਦਖਲ ਦਿੰਦਾ ਤਾਂ ਜੋ ਤੇਲ ਅੱਗੇ ਨਾ ਜਾਵੇ ਜਾਂ ਕੱਟ ਜਾਵੇ ਇੱਕ ਸਪੀਡ ਤੇ ਜਾਵੇ ਇੱਕ ਲੈਵਲ ਤੇ ਜਾਵੇ ਉਹ ਸੈੱਟ ਕਰਦਾ ਆ Sortigagi, il detective del Doctor D'Andagem che mi il limitatore di velocità è un dispositivo la cui funzione è quella di regolare l'alimentazione di combustibile al motore al fine di limitare la velocità del veicolo ad un valore stabilitato. So che è un limitatore che ha device GDACAM e regolare di diesel giornale, un controller che regolare al fine di limitare la velocità. ਜਦ ਤੱਕ ਜਦੋਂ ਸਪੀਡ ਦੀ ਇੱਕ ਲਿਮਿਟ ਤੇ ਪਹੁੰਚ ਜਾਂਦਾ ਉਸ ਲਿਮਿਟ ਤੇ ਆ ਕੇ ਉਹ ਵੱਲੋਂ ਰਿ ਸਟੈਬਿਲਿਟੀਤਾ ਤੋਂ ਵੀ ਜਿਹੜਾ ਇੱਕ ਵੈਲਿਊ ਜਿਹੜੀ ਸੈੱਟ ਕੀਤੀ ਗਈ ਇੱਕ ਸਪੀਡ ਜਿਹੜੀ ਸੈੱਟ ਕੀਤੀ ਗਈ ਇੱਕ ਸਪੀਡ ਤੇ ਜਦੋਂ ਆ ਗਈ ਗੱਡੀ ਉਸ ਲੈਵਲ ਤੇ ਆ ਕੇ ਜਿਹੜਾ ਅਲੀਮੇਨਟਾਜ਼ਿਓਨੇ ਆਉਂਦੇ ਤੇ ਕੰਟਰੋਲ ਕਰੇ ਇਹ ਐਸ ਡਿਵਾਈਸ ਦਾ ਕੰਮ ਹੈ ਸੋ ਐਵੇਰੋ ਇ ਲਿਮਿਟਾਟੋਰੀ ਦੀ ਬਿਵੋਚਿਤਾ ਦੇਵੇਆ ਸ੍ਰੀ ਦਿੱਤੀ ਪੋਮੋਲਗਾ ਤੋਂ ਐ ਮੋਂਟਾਟੋ ਦਾ ਆਫੀਸੀਨਾ ਆਥੋਰਾਈਜ਼ਾਤਾ ਸੋ ਐਸਵਾਲ ਚ ਕਹਿੰਦਾ ਵੀ ਟਿਪੋਮੋਲਗਾ ਤੋਂ ਹੁਣ ਚਾਹੀਦਾ ਗਵਰਨਮੈਂਟ ਵੱਲੋਂ ਪ੍ਰੂਵ ਹੋਣਾ ਚਾਹੀਦਾ ਤੇ ਇੱਕ ਅਥੋਰ ਆ ਆਪਣੇ ਵਰਕਸ਼ਾਪ ਤੋਂ ਇਹਨੂੰ ਲਵਾਉਣਾ ਪੈਣਾ ਐਨੇ ਕੇ ਜਾਨੇ ਖਣੇ ਦੇ ਕੋਲੋਂ ਜਾ ਕੇ ਲਵਾ ਲਿਆ ਇੱਕ ਅਥਾਰਟੀ ਹੋਣੀ ਚਾਹੀਦੀ ਹੈ ਤੇ ਇੱਕ ਇੱਕ ਐਸੀ ਆਫਿਸਿਨਾ ਹੋਣਾ ਚਾਹੀਦਾ ਜਿਹਦੇ ਕੋਲ ਅਧਿਕਾਰ ਹੋਵੇ ਜਿਹਦੇ ਕੋਲ ਅਥਾਰਟੀ ਹੋਵੇ ਸੋ ਵੀਰੋ montato da officina autorizzata comporta l'obbligo dell'aggiornamento della carta di circolazione ਕਹਿੰਦਾ ਲਿਮਿਟ ਤੇ ਤੁਰੇ ਦੀ ਬਿਜਲੋਚਿਤਾ ਨੂੰ ਇੱਕ ਅਥਾਰਟੀ ਵਾਲੇ ਆਫਿਸਿਓ ਚੋਂ ਲਵਾ ਕੇ ਜਰੂਰੀ ਇਹ ਹੈ ਕਿ ਆਪਣੇ ਤੇ ਆਪਣੇ ਤੇ obbligo ਆ ਕਿ ਆਪਾਂ ਨੂੰ ਜਿਹੜਾ ਅਜੁਰਨਾਮੈਂਟ ਤੋਂ ਕਰਾਣੀ ਪੈਣੀ ਹੈ ਅਪਡੇਟ ਕਰਾਉਣਾ ਪੈਣਾ ਆਪਣਾ ਕਾਰਤਾ ਦੀ ਚਰਕੁਲਾਤ ਸਿਓਨੇ ਠੀਕ ਹੈ ਜੀ ਸੋ ਵੀਰੋ Deve essere inviolabile cioè non deve essere possibile aumentare o spostare temporaneamente o permanentemente il livello della limitazione della velocità che anda inviolabile hona chahida ya matlab ke jinne chhedkhani kitti na ja sake te kenda ik aisa hona chahida jide vich na badhaya ja sake na hataya ja sake na temporary hove te na permanent hove temporary because dearly permanent bhi hamesha layi il livello della limitazione di velocità jehda speed apni limit set kiti gayi hai oh de layi ਨਾ ਹਟਾਇਆ ਜਾ ਸਕੇ ਨਾ ਨੂੰ ਵਧਾਇਆ ਜਾ ਸਕੇ ਨਾ ਘਟਾਇਆ ਜਾ ਸਕੇ ਤੇ ਨਾ ਆਪਣਾ ਟੈਂਪਰਰੀ ਵਧਾਇਆ ਜਾ ਸਕੇ ਤੇ ਨਾ ਪਰਮਾਨੈਂਟਲੀ ਠੀਕ ਹੈ ਸੋ ਇਸ ਤਰੀਕੇ ਦੇ ਹੋਣੇ ਚਾਹੀਦੇ ਨੇ ਸੋ ਵੀਰੋ ਵੱਧਦੇ ਅਗਲੇ ਸਵਾਲ ਤੇ non deviasre montato sull'autobus che effettuano servizio pubblico urbano ਕਿੰਦਾ ਪਬਲਿਕ ਸਰਵਿਸ ਵਿੱਚ ਜਿਹੜੀ ਆਉਟਬਸ ਲੱਗੀ ਹੋਏਗੀ ਉਹਦੇ ਤੇ ਇਹਨੂੰ ਨਹੀਂ ਲਾਣਾ ਚਾਹੀਦਾ ਠੀਕ ਹੈ ਜੀ non deviasre montato ਸੋ ਵੀਰੋ ਦੇਵਿਆ ਸ੍ਰਮੰਟਾਤੋ ਸੁੱਲੀ ਆਉਟੋ ਕਾਰਰੀ ਦੀ ਮਾਸਾ ਕੰਪਲੇਸਿਵਾ ਆ ਪੀਨੋ ਕਾਰੀਕੋ ਸੁਪੇਰੀਓਰੇ ਆ 3.5 ਟੋਨੈਲਾਤੇ ਇਮਾਟ੍ਰਿਕੋਲਾਤੀ ਦੋਪੋ ਇਲ ਪ੍ਰੀਮੋ ਓਕਟੋਬਰੇ 2001 ਕਹਿੰਦਾ ਇਹਨੂੰ ਲਵਾਉਣਾ ਪੈਣਾ ਹਰ ਇੱਕ ਟਰੱਕ ਤੇ ਧਿਆਨ ਦਿਓ ਇੱਥੇ ਪੂਰਾ ਲਿਖਣਾ ਹੈ ਪੂਰਾ ਪੜ੍ਹਨਾ ਸਵਾਲ ਨੂੰ ਹਰ ਇੱਕ ਟਰੱਕ ਤਾਂ ਕਹਿੰਦਾ ਪਿਆ ਵੀ ਇਹਨੂੰ ਲਵਾਉਣਾ ਪੈਣਾ ਪਰ ਉਹਦਾ ਵਜ਼ਨ ਸਾਢੇ 3 ਟਨ ਤੋਂ ਜ਼ਿਆਦਾ ਹੋਣਾ ਚਾਹੀਦਾ ਜਿਹੜਾ ਉਹਦਾ ਫੁੱਲ ਹੋਣ ਤੇ ਵਜ਼ਨ ਹੋਏਗਾ ਉਹ ਵਾਲਾ ਇਮਾਟ੍ਰਿਕੋਲਾਤੀ ਮਤਲਬ ਕਿ ਰਜਿਸਟਰ ਹੋਇਆ ਹੋਵੇ ਜਿਹੜਾ ਗੱਡੀ ਜਿਹੜੀ ਰਜਿਸਟਰ ਹੋਈ ਹੋਵੇ 1 ਅਕਤੂਬਰ 2001 ਤੋਂ ਠੀਕ ਹੈ ਇਹ 2001 ਤੋਂ ਬਾਅਦ ਜੇਕਰ ਕੋਈ ਗੱਡੀ ਰਜਿਸਟਰ ਹੋਈ ਏ ਉਹਨਾਂ ਵਿੱਚ ਇਹ ਵਾਲਾ ਡਿਵਾਈਸ ਲੱਗਾ ਹੋਣਾ ਜ਼ਰੂਰੀ ਆ ਹਰ ਇੱਕ ਟਰੱਕ ਦੀ ਗੱਲ ਹੋ ਰਹੀ ਆ ਸੌਰੀ ਆ ਮੈਂ ਕਹਿਣਾ ਭੁੱਲ ਗਿਆ ਸੀ ਸੋ ਅਗਲਾ ਸਵਾਲ ਕੀ ਕਹਿੰਦਾ ਸੁੰ ਵੇਕਲੋ ਦੋਟਾ ਤੋਂ ਦੀ ਮੋਟੋਰੇ ਡੀਜ਼ਲ ਇ ਲਿਮਿਟਾਟੋਰੇ ਦੀ ਵੇਲੋਚਿਤਾ ਇੰਟਰਵੀਏਨੇ ਸੁਲਾ ਮੰਦਾਤਾ ਡੇਲਾ ਪੋਂਪਾ ਦੀ ਇਨਜੇਕਸਿਓਨੇ ਓਪੂਰੇ ਡੇਲੀ ਇਨਜੇਟੋਰੀ ਪੋਂਪਾ ਕਹਿੰਦਾ ਜਿਹੜਾ ਮੋਟਰ ਡੀਜ਼ਲ ਹੋएगी ਜਿਹੜੀ ਲੀਵੀ ਤਤ ਤੁਰੇ ਵਿਲੋਚਤਾ ਹੁੰਦਾ ਉਹ ਦਖਲ ਦੇਂਦਾ ਸੁੱਲਾ ਮੰਨ ਦਤਾ ਜਿਹੜਾ ਆਪਾਂ ਪੇਜਦੇ ਆਂ ਜਿਹੜਾ ਪੰਪਾ ਡੀਨੇਸ਼ਨਿਓ ਓਪੂਰੇ ਡੇਲੀ ਇਨਜੈਟੋਰੀ ਪੰਪਾ ਮਤਲਬ ਕਿ ਜਿਹੜੇ ਫਿਊਲ ਇੰਜੈਕਟਰ ਹੁੰਦੇ ਨੇ ਜਿਹੜਾ ਤੇਲ ਨੂੰ ਧੱਕਦੇ ਨੇ ਅੱਗੇ ਉਹਨਾਂ ਦੇ ਵਿੱਚ ਇਹ ਦਖਲ ਦਿੰਦਾ ਇਨ ਸ਼ੋਰਟ ਠੀਕ ਹੈ ਜੀ ਸੋ ਐਵੇਰੋ ਅਗਲਾ ਵਿਏਨੇ ਰੇਗੋਲਾਟੋ ਦਲ ਕੋਂਡੂਚੈਂਤੇ ਐ ਮੈਜ਼ੋ ਦੀ ਉਨਾ ਲੇਵਾ ਪੋਸਤਾ ਸੁਲ ਕ੍ਰੂਸਕੋਟੋ ਠੀਕ ਹੈ ਜੀ ਸੋ ਇਹਨੇ ਕਹਿੰਦਾ ਪਿਆ ਵੀ ਇੱਕ ਗੱਡੀ ਦੇ ਵਿੱਚ ਇੱਕ ਡੰਡਾ ਜਿਹਾ ਲੱਗਾ ਹੋਏਗਾ ਇੱਕ ਲੇਵਾ ਲੱ ਆਪਣੇ ਕ੍ਰੁਸਕੋਟ ਉੱਤੇ ਤੇ ਕਹਿੰਦਾ ਉਹਦੇ ਨਾਲ ਜਿਹੜੀ ਸਪੀਡ ਆ ਉਹਨੂੰ ਐਡਜਸਟ ਕੀਤਾ ਜਾ ਸਕਦਾ ਸੋ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਜਦੋਂ ਅਥਾਰਟੀ ਵੱਲੋਂ ਬਣ ਕੇ ਆਂਦਾ ਜਦੋਂ ਆਪਾਂ ਪਿੱਛੋਂ ਨੂੰ ਲਵਾ ਕੇ ਆਨੇ ਆ ਉਦੋਂ ਹੀ ਇਹਦੇ ਚ ਸਪੀਡ ਸੈੱਟ ਕੀਤੀ ਗਈ ਹੁੰਦੀ ਆ ਹਰ ਇੱਕ ਗੱਡੀ ਦਾ ਅਲੱਗ-ਅਲੱਗ ਟਾਈਪ ਹੁੰਦਾ ਹੈ ਤੇ ਅਲੱਗ-ਅਲੱਗ ਗੱਡੀ ਦੇ ਟਾਈਪ ਦੇ ਹਿਸਾਬ ਨਾਲ ਉਹਨਾਂ ਦੀ ਸਪੀਡ ਸੈੱਟ ਕੀਤੀ ਗਈ ਹੁੰਦੀ ਹੈ ਕਾਨੂੰਨ ਦੇ ਹਿਸਾਬ ਨਾਲ ਸੋ ਐਸ ਲਿਮਟ ਦੇ ਉੱਤੇ ਨਹੀਂ ਜਾ ਸਕਦੇ ਜਸ ਕਰਕੇ ਡਰਾਈਵਰ ਇਹਦੇ ਨਾਲ ਕੋਈ ਛੇੜਖਾਨੀ ਕਰ ਹੀ ਨਹੀਂ ਸਕਦਾ ਸੋ ਫਾਲਸੋ ਦੇ ਵੈਸਰੇ ਮੰਤਾਤੋ ਸੂ ਟੁੱਤੀ ਲੀ ਔਟੋਕਾਰਰੀ ਠੀ ਅਗਲਾ ਸਵਾਲ ਦੇਵੇ ਅਸਰੇ ਬੰਦਾ ਤੋਂ ਸੁਤੁੱਤੀ ਲਈ ਆਟੋ ਕਾਰੀ ਦੀ ਮਾਸਾ ਸੁਪੀਰੀਅਰ ਹੈ 7.5 ਟਨ ਲਾਤੇ ਫਾਲਸ ਹੋ ਗਿਆ 3.5 ਟਨ ਹੋਣਾ ਚਾਹੀਦਾ ਸੀ ਅਗਲਾ ਸਵਾਲ ਦੇਵੇ ਅਸਰੇ ਮੰਤਾ ਤੋਂ ਸੁਤੁੱਤੀ ਲਈ ਆਟੋਬਸ ਦੀ ਮਾਸਾ ਸੁਪੀਰੀਅਰ ਹੈ 5 ਟਨ ਲਾਤੇ ਕਹਿੰਦਾ ਜਿਨ੍ਹਾਂ ਦਾ ਵਜ਼ਨ 5 ਟਨ ਤੋਂ ਜ਼ਿਆਦਾ ਹੈ ਉਹਨਾਂ ਆਟੋਬਸ ਤੇ ਲੱਗਾ ਹੋਣਾ ਚਾਹੀਦਾ ਫਾਲਸ ਹੋ ਬਸਾਂ ਵਾਲਾ ਐਸਾ ਕੋਈ ਸਿਸਟਮ ਨਹੀਂ ਹੈਗਾ ਵਜ਼ਨ ਵਾਲਾ ਉਹਨਾਂ ਦੀ ਸਵਾਰੀਆਂ ਦੇ ਹਿਸਾਬ ਨਾਲ ਹੁੰਦਾ ਅਗਲਾ ਦੇਵੇ ਅਸਰੇ ਮੰਤਾ ਤੋਂ ਸੁਤੁੱਤੀ ਲਈ ਆਟੋਬਸ ਕੋਨ ਪਿਉ ਦੀ 22 ਪੋਸਤੀ ਅਸੇ ਦੇ ਰਹੇ ਵੀ 22 ਸੀਟਾਂ ਜਿੰਨਾਂ ਵਿੱਚ 22 ਸੀਟਾਂ ਤੋਂ ਜ਼ਿਆਦਾ ਹੋਣ ਆਟੋਬੱਸ ਵਿੱਚ ਉਹਨਾਂ ਵਿੱਚ ਲੱਗਾ ਹੋਣਾ ਚਾਹੀਦਾ ਹੈ ਫਾਲਸੋਆ ਇਹਦੇ ਬਾਰੇ ਆਪਾਂ ਅਗਲੇ ਅਗਲੇ ਜਿਹੇ ਪੇਜ ਵਿੱਚ ਗੱਲ ਕਰਾਂਗੇ ਵੀ ਕਿੰਨੀ ਸੀਟਾਂ ਕਿੰਨੀਆਂ ਹੁੰਦੀਆਂ ਨੇ ਸੋ ਅਗਲਾ ਦੇਵੇ ਅਸਰੇ ਦੀ ਸੱਤੀਵਾਤੋ ਦਲਕੋਨ ਦੁਚੈਂਤੇ ਸੁਪਰ ਕੋਰਸੀ ਉਰਬਾਨੀ ਕਹਿੰਦਾ ਪਿੰਡਾਂ ਦੇ ਵਿੱਚ ਇਹਨੂੰ ਡੀਐਕਟੀਵੇਟ ਕਰ ਦੇਣਾ ਚਾਹੀਦਾ ਡਰਾਈਵਰ ਵੱਲੋਂ ਫਾਲਸੋ ਡਰਾਈਵਰ ਇਹਨੂੰ ਛੇੜਖਾਨੀ ਕਰ ਹੀ ਨਹੀਂ ਸਕਦਾ ਦੇਵੇ ਅਸਰੇ ਦੀ ਸੱਤੀਵਾਤੋ ਦਲਕੋਨ ਦੁਚੈਂਤੇ ਕਵਾਂਡੋ ਚਿਰਕੁਲਾ ਸੁ ਆਉਟੋਸਟ੍ਰਾਡੇ ਕੋਨ ਤ੍ਰੇ ਆਉ ਪਿਊ ਕੋਰਸੀਏ ਪਰ ਸੈਂਸੋ ਦੀ ਮਾਰਜਾ ਕਹਿੰਦਾ ਇਹਨੂੰ ਡਿਸਐਕਟੀਵੇਟ ਕਰ ਦੇਣਾ ਚਾਹੀਦਾ ਡਰਾਈਵਰ ਉਹਨਾਂ ਜਿੱਥੇ ਡਿਸਐਕਟੀਵੇਟ ਕਰਨ ਦੀ ਗੱਲ ਆ ਗਈ ਉਹ ਫਾਲਸ ਹੋਇਆ ਕਵਾਂਡੋ ਚਿਰਕੋਲਾ ਜਦੋਂ ਸਫਰ ਕਰਦਾ ਪੈਕ ਆਉਟ ਉਸ ਰਾਹ ਤੇ ਜਿੱਥੇ ਤਿੰਨੀਆਂ ਤਿੰਨ ਤੋਂ ਜ਼ਿਆਦਾ ਕੁਰਸੀਆਂ ਹੋਣ ਪੈਰ ਸੈਂਸਰ ਦੀ ਮਾਰਤ ਹਰ ਇੱਕ ਡਾਇਰੈਕਸ਼ਨ ਨੂੰ ਤਿੰਨ ਪੋ ਐਸਰੀ ਦਾ ਸਤੀਵਾ ਤੋਂ ਦਲ ਕੋਂਡੂਚੈਂਤੇ ਇਨ ਕਾਜ਼ੋ ਦੀ ਐਮਰਜੈਂਸਾ ਵੀ ਫਾਲਸ ਹੋ ਗਿਆ ਕਿ ਡਿਸਐਕਟੀਵੇਟ ਕਰਨ ਦੀ ਗੱਲ ਕਰਦਾ ਪਿਆ ਤੇ ਕਹਿੰਦਾ ਐਮਰਜੈਂਸੀ ਦਾ ਕੇਸ ਹੋਵੇ ਤਾਂ ਵੀ ਸੋ ਐਮਰਜੈਂਸੀ ਕੇਸ ਵਿੱਚ ਵੀ ਡਿਸਐਕਟੀਵੇਟ ਨਹੀਂ ਹੋ ਸਕਦਾ ਐਰ ਅਫਰੇਦਾ ਤੋਂ ਅਦਾਕਵਾ ਕਹਿੰਦਾ ਇਹਨੂੰ ਪਾਣੀ ਨਾਲ ਠੰਡਾ ਕੀਤਾ ਜਾਂਦਾ ਫਾਲ ਇੰਟਰਵਿਨ ਇਹ ਸੂਲ ਰਾਲੈਂਟਾਟੋਰੇ ਪੋਟੈਂਜ਼ੀਆਂਡੋਨੇ ਲਿਫੈਟੋ ਕਹਿੰਦਾ ਜਿਹੜਾ ਲਿਮਿਟਾਟੋਰੇ ਦੀ ਵੇਲੋਚਿਤਾ ਹੁੰਦਾ ਉਹ ਦਖਲ ਦੇਂਦਾ ਹੈ ਰਾਲੈਂਟਾਟਾ ਤੋਰੇ ਵਿੱਚ ਜਿਹੜਾ ਹੌਲੀ ਕਰਦਾ ਕਹਿੰਦਾ ਉਹਦੇ ਵਿੱਚ ਦਖਲ ਦੇਂਦਾ ਤੇ ਉਹਦੇ ਇਫੈਕਟ ਨੂੰ ਵਧਾ ਦਿੰਦਾ ਸੋ ਫਾਲਸੋ ਐਸਾ ਕੁਝ ਵੀ ਨਹੀਂ ਕਰਦਾ ਹੈਗਾ ਰਾਲੈਂਟਾਟਾ ਤੋਰੇ ਨਾਲ ਇਹਦਾ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਲਿਮਿਟਾਟੋਰੇ ਸਪੀਡ ਨੂੰ ਕੰਟਰੋਲ ਕਰਦਾ ਇੱਕ ਜਗ੍ਹਾ ਰੱਖਦਾ ਫਿਕਸ ਕਰਕੇ ਤੇ ਜਦਕਿ ਰਾਲੈਂਟਾਟਾ ਤੋਰੇ ਗੱਡੀ ਨੂੰ ਹੌਲੀ ਕਰਦਾ ਠੀਕ ਹੈ ਜੀ ਸੋ ਐ ਫਾਲਸੋ 163 ਨੰਬਰ ਪੇਜ ਆਪਣਾ ਕੰਪਲੀਟ ਬਦਦੇ ਅੱਗੇ 1 164 ਨੰਬਰ ਪੇਜ ਆਪਣਾ ਲਿਮਿਟਾਟੋਰੇ ਦੀ ਵੈਲੋਚਿਤਾ ਪਾਗ ਦੂਸਰਾ ਵੱਧਿਆਂ ਪਹਿਲੇ ਸਵਾਲ ਤੇ ਇਲਮੋਂਟਾਜੋ ਡੇਲ ਲਿਮਿਟਾਟੋਰੇ ਦੀ ਵੈਲੋਚਿਤਾ ਐ ਓਬਲੀਗਾਟੋਰੀਓ ਪਰ ਇ ਵੈਕੂਲੀ ਐਮ 2 ਐਮ 3 ਐਨ 2 ਐਨ 3 ਇਮਾਟ੍ਰਿਕੂਲਾਤੀ ਦੋਪੋ ਇਲ ਪ੍ਰੀਮੋ ਓਕਤੋਬਰ 2001 ਸੋਜੀ ਇਸ ਸਵਾਲ ਚ ਕਹਿੰਦਾ ਪਏ ਜਿਹੜਾ ਮੋਂਟਾਜ ਹੁੰਦਾ ਮਤਲਬ ਜਿਹੜਾ ਆਪਾਂ ਚਾੜਨਾ ਹੁੰਦਾ ਫਿਟ ਕਰਨਾ ਹੁੰਦਾ ਲਿਮਿਟਟਰ ਦੇ ਵੈਲੋਸੀਟੀ ਉਹ ਲਾਜ਼ਮੀ ਹੈ ਜਰੂਰੀ ਹੈ ਪੈਰੀ ਵਹੀਕਲੀ ਉਹਨਾਂ ਗੱਡੀਆਂ ਲਈ ਜਿਹੜੀ ਨੇ ਐਮਏ2 ਐਮਏ3 ਐਨ2 ਐਨ3 ਜਿਹੜੀ ਰਜਿਸਟਰ ਹੋਈਆਂ ਨੇ 1 ਅਕਤੂਬਰ 2001 ਤੋਂ ਬਾਅਦ ਇਹ ਗੱਡੀਆਂ ਕਿਹੜੀਆਂ ਨੇ ਐਮਏ2 ਐਮਏ3 ਐਨ2 ਐਨ3 ਦਿਖਾ ਦੇਣਾ ਸੋ ਇਹਦੇ ਵਿੱਚ ਐਮ ਜਿਹੜੀ ਕੈਟਾਗਰੀ ਹੈ ਇਹਦੇ ਵਿੱਚ ਤਿੰਨ ਕੈਟਾਗਰੀਆਂ ਹੁੰਦੀਆਂ ਨੇ ਐਮਏ1 ਉਹ ਐਮਏ2 ਐਮ3 ਐਮ1 ਜਿਹੜੀ ਕੈਟਾਗਰੀ ਉਹਦੇ ਵਿੱਚ ਬੈਠਣ ਵਾਲੀ ਸਿੱਟਾਂ ਹੋਣਗੀਆਂ ਮੈਕਸਿਮਮ 9 ਹੋਣਗੀਆਂ ਡਰਾਈਵਰ ਦੀ ਮਲਾ ਕੇ ਐਮਏ ਦੂਵੇ ਵਿੱਚ 9 ਸੀਟਾਂ ਹੁੰਦੀਆਂ ਨੇ ਟੋਟਲ ਡਰਾਈਵਰ ਨੂੰ ਮਲਾ ਕੇ ਪਰ ਇਹਦਾ ਵਜ਼ਨ ਦੀ ਗੱਲ ਹੁੰਦੀ ਆ ਪੇਜ਼ੋਫੀਨੋ ਆ ਚਿੰਕਵੇ ਤੋਨੈਲਾ ਤੇ ਵੀ 5 ਟਨ ਤੱਕ ਇਹਦਾ ਵਜ਼ਨ ਹੋਏਗਾ ਠੀਕ ਹੈ ਇੱਕ ਮਿਨੀ ਬੱਸ ਦੀ ਲਾ ਲਓ ਮਿਨੀ ਬੱਸ ਦੀ ਆ ਇੱਕ ਤਰ੍ਹਾਂ ਦੀ ਉਸ ਤੋਂ ਬਾਅਦ ਐਮਏ ਤ੍ਰੈ ਵਿੱਚ ਇੱਕ ਪ੍ਰੋਪਰ ਇੱਕ ਬੱਸ ਆਂਦੀ ਜੀਦਾ ਵਜ਼ਨ 5 ਟਨ ਤੋਂ ਜ਼ਿਆਦਾ ਹੁੰਦਾ ਠੀਕ ਹੈ 5 ਟਨ ਤੋਂ ਜ਼ਿਆਦਾ ਵਜ਼ਨ ਹੁੰਦਾ ਤੇ ਜਿੰਨੇ ਚੇ ਬਹਿਣ ਵਾਲੀ ਸੀਟਾਂ ਵੀ ਜ਼ਿਆਦਾ ਹੁੰਦੀਆਂ ਨੇ ਠੀਕ ਹੈ ਸੋ ਇੱਕ ਬੱਸ ਹੋ ਗਈ ਪ੍ਰੋਪਰ ਉਸ ਤੋਂ ਅੱਗੇ ਗੱਲ ਕਰਦੇ ਆ ਐਨਏ ਦੂਵੇ ਐਨ ਤ੍ਰੈ ਦੀ ਸੋ ਐਨੇ ਉਨੋ ਵਿੱਚ ਜਿਹੜਾ ਮਾਸਾ ਹੋਏਗਾ ਟੋਟਲ ਹੋਏਗਾ 3.5 ਟਨ ਤੱਕ ਦਾ ਜਿਵੇਂ ਕਿ ਇਹ ਆ ਤੇ ਐਨੇ ਦੂਵੇ ਜਿਹਦੀ ਆਪਾਂ ਗੱਲ ਕਰਨੀ ਆ ਉਹਦਾ ਮਾਸਾ 3.5 ਟਨ ਤੋਂ ਜ਼ਿਆਦਾ ਹੋਏਗਾ ਪਰ 12 ਟਨ ਤੱਕ ਦਾ ਹੋਏਗਾ ਜਿਵੇਂ ਕਿ ਟਰੱਕ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਐਨੇ ਤ੍ਰੈ ਹੁੰਦਾ ਉਹਦੇ ਵਿੱਚ ਜਿਹੜਾ ਹੈ ਗੱਡੀ ਆ ਆਪਣੀ ਉਹਦੇ ਵਿੱਚ ਵਜ਼ਨ 12 ਟਨ ਤੋਂ ਜ਼ਿਆਦਾ ਹੁੰਦਾ ਠੀਕ ਹੈ ਸੋ ਇਹ ਹੁੰਦੇ ਨੇ ਤਿੰਨ categories ਸੋ MA2 M3 N2 N3 ਇਨਾਂ ਵਿੱਚ ਐਨੇ ਉਨੋ ਤੇ MA1 N ਇੰਟਰ ਨਾ ਸ਼ਾਮਿਲ ਨਹੀਂ ਹੈਗੇ ਠੀਕ ਹੈ ਸੋ ਇਨਾਂ ਗੱਡੀਆਂ ਵਿੱਚ oblique ਹੋਗਾ ਹੈਗਾ ਵੀ ਆਪਾਂ ਨੂੰ ਲਿਮਿਟਾਟੋਰੇ ਦੀ ਵੈਲੋਚਿਤਾ ਲਵਾਉਣਾ ਪੈਣਾ। ਲਵ ਵੈਰੀਫਿਕੇਰ ਦਲ ਕੋਰੈਟੋ ਮੋਂਟਾਜਿਓ ਦਲ ਲਿਮਿਟਾਟੋਰੇ ਦੀ ਵੈਲੋਚਿਤਾ ਆਵੀਨੇ ਅਚੇਰਤਾਂਡੋ ਲਾ ਪ੍ਰੇਜ਼ੇਂਜ਼ਾ ਦੈਲਾ ਅਪੋਸਿਟਾ ਤਾਰਗੇਟਾ ਕਨਫੋਰਮੇ ਅਲੇ ਨੋਰਮੇ ਐ ਦਲ ਸਰਟੀਫਿਕਾਟੋ ਦੀ ਇਨਸਟਾਲਾਜ਼ਿਓਨੇ। ਸੋ ਕੈਂਦਾ ਜੇ ਆਪਾਂ ਵੈਰੀਫਾਈ ਕਰਨਾ ਹੋਵੇ ਵੀ ਜਿਹੜਾ ਲਿਮਿਟਾਟੋਰੇ ਦੀ ਵੈਲੋਚਿਤਾ ਜਿਹੜਾ ਚੜਾਇਆ ਹੈ ਆਪਾਂ ਸ਼ੂਰ ਕਰਨਾ ਹੋਵੇ ਵੀ ਹਾਂ ਸਹੀ ਚੜਾਇਆ। ਸੋ ਕੈਂਦਾ ਤਾਂ ਇੱਕ ਤਾਰਗਾ ਹੋਏਗਾ, ਉਹਦਾ ਇੱਕ ਸਪੈਸ਼ਲ ਇੱਕ ਤਾਰਗਾ ਹੋਏਗਾ ਕਨਫੋਰਮੇ ਅਲਾ ਨੋਰਮੇ ਕਾਨੂੰਨ ਦੇ ਇਹ ਦਲ ਸਰਟੀਫਿਕੇਟੋ ਡੀ ਇਨਸਟਾਲਾਜ਼ੀਓਨ ਤੁਹਾਡਾ ਇਨਸਟਾਲੇਸ਼ਨ ਜਿਹੜਾ ਸਰਟੀਫਿਕੇਟ ਹੋਏਗਾ ਉਹ ਵੀ ਤੁਹਾਨੂੰ ਦਿੱਤਾ ਜਾਏਗਾ ਠੀਕ ਹੈ ਸੋ ਐ ਵੇਰੋਆ ਅਗਲਾ ਇਲ ਦੀ ਪੋਜੀਟਿਵ ਵਾਲੀ ਲਿਮਿਟਾਟੋਰੀ ਡੀ ਵੇਲੋਚੀਤਾ ਅਜੀਸ਼ੇ ਸੇ ਪ੍ਰੈਜ਼ੈਂਤੇ ਸੂਲਾ ਪੋਮਪਾ ਡੀ ਇਨਜੇਜ਼ੀਓਨੀ ਡਲ ਵਿਕੋਲੋ ਕਹਿੰਦਾ ਜਿਹੜਾ ਇਹ ਵਾਲਾ ਡਿਵਾਈਸ ਲਿਮਿਟਾਟੋਰੀ ਡੀ ਵੇਲੋਚੀਤਾ ਅਜੀਸ਼ੇ ਐਕਟ ਕਰਦਾ ਜੇਕਰ ਮੌਜੂਦ ਹੈ ਆਪਣੇ ਪੋਮਪਾ ਦੀ ਇਨਜੇਜ਼ੀਓਨੀ ਉਤੇ ਐਕਟ ਕਰਦਾ ਜਿਹੜੇ ਗੱਡੀ ਦੇ ਆਪਣੇ ਫਿਊਲ ਇੰਜੈਕਟਰ ਹੁੰਦੇ ਨੇ ਉਹਨਾਂ ਉਤੇ ਕੰਮ ਕਰਦਾ ਹੈ ਸੋ ਫਿਊਲ ਇੰਜੈਕਟਰ ਤੇ ਕੰਮ ਕਰੇਗਾ ਤਾਂ ਹੀ ਜਿਹੜੀ ਆਪਣੀ ਸਪੀਡ ਤੇ ਕੰਟਰੋਲ ਕਰ ਪਾਏਗਾ ਠੀਕ ਹੈ ਮਤਲਬ ਅੱਗੇ ਪੈਟਰੋਲ ਜ਼ਿਆਦਾ ਨਹੀਂ ਜਾਏਗਾ ਕਲੀਮਿਟ ਤੇ ਜਾਏਗਾ ਉਹ ਸਭ ਨਾ ਕੀ ਹੋਏਗਾ ਆਪਣੀ ਸਪੀਡ ਜਿਹੜੀ ਹੈ ਇੱਕ ਜਗ੍ਹਾ ਤੇ ਜਾ ਕੇ ਫਿਕਸ ਹੋ ਜਾਏਗੀ ਅਗਲਾ ਸੋਨੋ ਐਸਿੰਟਾਤੀ ਦਲ ਓਬਲਿਗੋ ਦਲ ਮੋਂਟਾਜੋ ਦਲ ਡਿਸਪੋਜੀਟਿਵੋ ਲਿਮਿਟਾਟੋਰੇ ਡੀ ਵੇਲੋਚਿਤਾ ਲੀ ਔਟੋਬਸ ੁਰਬਾਨੀ ਐਸ ਵਾਲਾ ਪਾ ਪਿੱਛੇ ਪੜ ਕੇ ਹਟਿਆ ਕਿ ਛੂਟ ਦਿੱਤੀ ਗਈ ਆ ਓਬਲਿਗੋ ਤੋਂ ਮੋਂਟਾਜੋ ਦਲ ਡਿਸਪੋਜੀਟਿਵੋ ਮਤਲਬ ਜਿਹੜਾ ਡਿਵਾਈਸ ਇਹਨੂੰ ਲਵਾਨ ਤੋਂ ਛੂਟ ਦਿੱਤੀ ਬਸਾਂ ਜਿਹੜੀ ਪਿੰਡਾਂ ਵਿੱਚ ਸਫ਼ਰ ਕਰਦੀਆਂ ਨੇ ਠੀਕ ਹੈ ਸੋ ਐਵੇਰੋ ਪਿੱਛੇ ਪੜ ਕੇ ਟੈਮ ਬਸਾਂ ਜਿਹੜੀ ਪਿੰਡ ਵਿੱਚ ਸਫ਼ਰ ਕਰਦੀਆਂ ਉਹਨਾਂ ਤੇ ਕੋਈ ਆਬਲੀਗੋ ਨਹੀਂ ਹੈਗਾ ਵੀ ਉਹਨਾਂ ਲਾਣਾ ਜਾਂ ਨਹੀਂ ਲਾਣਾ ਅਗਲਾ ਸਵਾਲ ਲਾ ਸਰਕੂਲਾਜ਼ਿਓਨੇ ਕੋਨ ਲਿਮਿਟਾਟੋਰੇ ਦੀ ਵੇਲੋਚਿਤਾ ਅਲਟਰਰਾਟੋ ਕੋਂਪੋਰਟਾ ਲਾ ਸਾਂਜ਼ਿਓਨੇ ਅੱਚੇਸੋਰੀਆ ਦੈਲਾ ਰਿਵੋਕਾ ਦੈਲਾ ਪਾਟੈਂਤੇ ਦੀ ਗੁਈਦਾ ਸੋ ਕਹਿੰਦਾ ਜੇਕਰ ਤੁਸੀਂ ਸਫ਼ਰ ਕਰਦੇ ਪਿਓ ਕੈਸੇ ਲਿਮਿਟਾਟੋਰੇ ਦੀ ਵੇਲੋਚਿਤੇ ਨਾਲ ਜਿਹੜਾ ਕਿ ਤੁਸੀਂ ਮਤਲਬ ਛੇੜਖਾ ਨਹੀਂ ਕੀਤੀ ਉਹਦੇ ਨਾਲ ਮਾੜੀ-ਮੋਟੀ ਉਧਰ ਕਿੰਨਾ ਜੁਰਮਾਨੇ ਆ ਸਕਦੇ ਨੇ ਤੁਹਾਨੂੰ ਤੇ ਤੁਹਾਡਾ ਜਿਹੜਾ ਪਟੈਂਟ ਤੇ ਆ ਵੀ ਕੈਨਸਲ ਹੋ ਸਕਦਾ ਰਿਵੋਕਾ ਦੇਲਾ ਪਟੈਂਟ ਤੇ ਹੋ ਸਕਦਾ ਠੀਕ ਹੈ ਜੀ ਮੈਂ ਆਪਣਾ ਪਟੈਂਟ ਜਿਹੜਾ ਕੈਨਸਲ ਹੋ ਸਕਦਾ ਸੋ ਐਵੇਰੋ ਲਿਮਿਟਾਟੋਰੀ ਦੀ ਵੈਲੋਸੀਤਾ ਫਾਵੋਰਿਚੇ ਲਾ ਰਿਡੂਜ਼ਿਓਨੇ ਡੈਲ ਇਨਕੁਇਨਾਮੇਂਟੋ ਐਟਮੋਸਫੇਰੀਕੋ ਕਿੰਦਾ ਲਿਮਿਟਾਟੋਰੀ ਦੀ ਵੈਲੋਸੀਤਾ ਜਿਹੜਾ ਹੁੰਦਾ ਉਹ ਇੱਕ ਤਰ੍ਹਾਂ ਦਾ ਫਾਇਦੇਮੰਦ ਹੁੰਦਾ ਤੁਸੀਂ ਲਗਾ ਲਓ ਵੀ ਫਾਇਦੇਮੰਦ ਹੁੰਦਾ ਘਟਾਉਣ ਵਿੱਚ ਜਿਹੜਾ ਪ੍ਰਦੂਸ਼ਣ ਪੈਦਾ ਹੁੰਦਾ ਵਾਤਾਵਰਨ ਵਿੱਚ ਜਿਹੜਾ ਐਟਮੋਸਫੇਅਰ ਵਿੱਚ ਪੋਲਿਊਸ਼ਨ ਬਣਦਾ ਹੈ ਗੱਡ ਗੱਡੀਆਂ ਦੇ ਜੇਕਰ ਇੱਕ ਤੈਅ ਲਿਮਟ ਤੇ ਚੱਲੇਗੀ ਗੱਡੀ ਜ਼ਿਆਦਾ ਸਪੀਡ ਤੇ ਨਹੀਂ ਚੱਲੇਗੀ ਸੋ ਉਹਨਾਂ ਹੀ ਪੋਲਿਊਸ਼ਨ ਨੂੰ ਘੱਟ ਕਰੇਗੀ ਸੋ ਐਵੇਂ ਰੋ ਅਗਲਾ ਦ ਲਿਮਿਟਾ ਤੋਰੇ ਦੀ ਵੇਲੋਚਿਤਾ ਐ obbligatorio solo per gli autobus ਕਹਿੰਦਾ ਲਿਮਿਟਾ ਤੋਰੇ ਦੀ ਵੇਲੋਚਿਤਾ ਜ਼ਰੂਰੀ ਆ ਲਾਜ਼ਮੀ ਆ ਸਿਰਫ ਬਸਾਂ ਲਈ ਸੋ ਲਾਜ਼ਮੀ ਨਹੀਂ ਹੈਗਾ ਹਰ ਇੱਕ ਬਸਾਂ ਸਿਰਫ ਬਸਾਂ ਲਈ ਤੇ ਲਾਜ਼ਮੀ ਬਿਲਕੁਲ ਵੀ ਨਹੀਂ ਹੈਗਾ ਗੱਡੀਆਂ ਲਈ ਵੀ ਲਾਜ਼ਮੀ ਆ ਅਗਲਾ ਲਿਮਿਟਾ ਤੋਰੇ ਦੀ ਵੇਲੋਚਿਤਾ ਬਲੋਕਾ il pedale del acceleratore ਕਹਿੰਦਾ ਜਿਹੜਾ ਲਿਮਿਟਟਰ ਤੋਰੇ ਆ ਉਹ ਬਲੌਕ ਕਰ ਦਿੰਦਾ ਹੈ ਪੈਡਲ ਨੂੰ ਜਿਹੜਾ ਰੇਸ ਵਾਲਾ ਹੈ ਮਤਲਬ ਜਿਹੜਾ ਰੇਸ ਵਾਲੀ ਜਿਹੜੀ ਆਪਣੀ ਜਗਾ ਬਣੀ ਹੁੰਦੀ ਹੈ ਰੇਸ ਵਾਲਾ ਜਿਹੜਾ ਪੈਡਲ ਹੁੰਦਾ ਉਹਨੂੰ ਕਹਿੰਦਾ ਬਲੌਕ ਕਰ ਦਿੰਦਾ ਫਾਲਸੋ ਉਹਨੂੰ ਬਲੌਕ ਨਹੀਂ ਕਰਦਾ ਉਹਨੂੰ ਭਾਵੇਂ ਜਿੰਨਾ ਮਰਜੀ ਦਾ ਬਲੋ ਉਹ ਅੱਗੇ ਤੇਲ ਹੀ ਨਹੀਂ ਭੇਜਣ ਦਿੰਦਾ ਇੱਕ ਸਿਸਟਮ ਹੁੰਦਾ ਹੈ ਜਿਹੜਾ ਕਿ ਤੇਲ ਭੇਜਣ ਤੋਂ ਰੋਕ ਦਿੰਦਾ ਸੋ ਫਾਲਸੋ ਅਗਲਾ ਅਜੀਸ਼ੀਆ ਸੁਲਫਰੇਨੋ ਡਿਸਕੋਰਸੋ ਸੋ ਕਹਿੰਦਾ ਲਿਮਿਟਟਰ ਦੀ ਵਿਲੋਚਿਤਾ ਹੁੰਦਾ ਉਹ ਐਕਟ ਕਰਦਾ ਹੈ ਫਰੇਨੋ ਦੀ ਸਕੋਰਸਾ ਉੱਤੇ ਸੋ ਫਾਲਸੋ ਹੋ ਜਾਂਦਾ ਕਿਉਂਕਿ ਜ ਨਕੀ ਫ੍ਰੇਨ ਹੁੰਦੇ ਸੋ ਫਾਲਸੋ ਲਿਮਿਟਟਰ ਦੇ ਵੇਲੋਚਿਤਾ ਪੋ ਐਸਰੇ ਸੇਗੂਇਤੋ ਦਾ ਕਵਾਲਸੀਆਸੀ ਯੋਫੀਚੀਨਾ ਮੈਕਾਨੀਕਾ ਕੇਹਦਾ ਜਿਹੜਾ ਲਿਮਿਟਟਰ ਦੇ ਦੀ ਮੋਂਟਾਜ ਹੁੰਦੀ ਜਿਹੜਾ ਆਪਾਂ ਚਲਾਣਾ ਹੁੰਦਾ ਫਿਟ ਕਰਵਾਣਾ ਹੁੰਦਾ ਲਿਮਿਟਟਰ ਦੇ ਵੇਲੋਚਿਤਾ ਤਾਂ ਕਿਸੇ ਵੀ ਆਫਿਸ ਵਿੱਚੋਂ ਕਰਵਾ ਸਕਦੇ ਕਿਸੇ ਵੀ ਸੌਰੀ ਵਰਕਸ਼ਾਪ ਵਿੱਚੋਂ ਕਰਵਾ ਸਕਦੇ ਆ ਮੈਕੈਨਿਕਲ ਮੈਕੈਨਿਕਲ ਵਰਕਸ਼ਾਪ ਵਿੱਚੋਂ ਕਰਵਾ ਸਕਦੇ ਸੋ ਫਾਲਸੋ ਹਿੰਦਾ ਸਿਰਫ ਅਥੋਰਟੀ ਵਾਲੇ ਤੋਂ ਹੀ ਕਰਵਾ ਸਕਦੇ ਕਿਸੇ ਵੀ ਜਣੇ ਖਣੇ ਕੋਲ ਨਗਾ ਕੇ ਜਿਹੜਾ ਆਪਣਾ ਲਿਮਿਟਟਰ ਦੇ ਵੇਲੋਚਿਤਾ ਇਹਨੂੰ ਨਹੀਂ ਲਵਾ ਸਕਦੇ ਸੋ ਫਾਲਸੋ sono esentati dall'obbligo del, del montaggio del dispositivo limitatore di velocità solo i veicoli militari o appartenenti ai corpi di polizia kena chhoot ditti gayi hai es obbligo to apna uh, limitator di velocity da chhadan to chhoot ditti gayi hai sirf solo a gate solo kena military wali gaddiyan nu no. te jehdi police di police na jehdi sambandhit gaddiyan hundiyan na no. onna nu no. so also solo a has karke also kyunki basanu no vi

ਕਹਿੰਦਾ ਜੇਕਰ ਵੈਰੀਫਾਈ ਕਰਨਾ ਵੀ ਤੁਹਾਡੇ ਜਿਹੜੀ ਮੁੰਤਾਜ ਜੋ ਐਲਮਿਟਾ ਤੋਰੀ ਦੀ ਵੈਲੋਚਿਤਾ ਉਹ ਸਹੀ ਤਰੀਕੇ ਨਾਲ ਚੜੀ ਹੈ ਉਹ ਚੈੱਕ ਕੀਤਾ ਜਾਂਦਾ ਆ ਪ੍ਰੋਵਾਂండో ਪ੍ਰੋਵਾਂండో ਬਤਲ ਵੀ ਟਰਾਈ ਕਰਦੇ ਹੋਏ ਗੱਡੀ ਨੂੰ ਸੁਸਤਰਾ ਦਾ ਸੜਕ ਉੱਤੇ ਟਰਾਈ ਕਰਾਂਗੇ ਜੇਕਰ ਠੀਕ ਹੈ ਜੀ ਸੋ ਆਈ ਫਾਲਸ ਸੋ ਇਦਾਂ ਦਾ ਵੀ ਕੁਝ ਨਹੀਂ ਹੈਗਾ ਆਪਾਂ ਨੂੰ ਸਰਟੀਫਿਕੇਟ ਵਗੈਰਾ ਦੇਖਣੇ ਪੈਂਦੇ ਆ ਇਹਦੇ ਲਈ ਲਾ ਸਰਕੂਲਾਕਸਿਓਨੇ ਕੋ ਲਿਮਿਟਾਟੋਰੀ ਦੀ ਵੈਲੋਚਿਤਾ ਅਲਟਰਾਟੋ ਕੋਂਪੋਰਟਾ ਲਾ ਸਸਪੈਂਸਿਓਨੇ ਦਲਾ ਪਾਟੈਂਤੇ ਦਾ 15 ਜੌਰਨੀ ਆ 3 ਮਹੀਨੇ ਕਹਿੰਦਾ ਜੇਕਰ ਤੁਸੀਂ ਸਫਰ ਕਰਦੇ ਵੇਖ ਲਈ ਮਿਟਾ ਤੋਰੀ ਦੀ ਵੈ ਸਸਪੈਂਡ ਹੋ ਜਾਣਾ ਤੁਹਾਡਾ ਲਾਇਸੈਂਸ 15 ਦਿਨਾਂ ਤੋਂ ਲੈ ਕੇ 3 ਮਹੀਨੇ ਤੱਕ ਫਾਲਸੋ ਇਦਾਂ ਦਾ ਵੀ ਕੁਝ ਨਹੀਂ ਹੈਗਾ ਤੁਹਾਡਾ ਪਤੇੰਂ ਤੇ ਸਿੱਧਾ ਕੈਨਸਲ ਹੋਏਗਾ ਤੇ ਨਾਲ ਤੁਹਾਨੂੰ ਜੁਰਮਾਨੇ ਭਰਨੇ ਪੈਣੇ ਨੇ ਸੋ ਐਫ ਆਲਸੋ ਲਾ ਵੈਰੀਫਿਕੇਟ ਦਲ ਕੋਰੈਕਟੋ ਮੋਂਟਾਜੋ ਦਲਾ ਲਿਮਿਟਾਟੋਰੇ ਡੇ ਵੇਲੋਚਿਤਾ ਵਿਏਨੇ ਮੀਡੀਅੰਤੇ ਸਰਟੀਫିକਾਟੋ ਰਿਲੇਸ਼ਿਆਟੋ ਦਾਲ ਲਾਮੋਟਰੀਜ਼ਾਜ਼ਿਓਨੇ ਚਿਵਿਲੇ ਕਹਿੰਦਾ ਜੇਕਰ ਤੁਸੀਂ ਵੈਰੀਫਾਈ ਕਰਨਾ ਵੀ ਸਹੀ ਤਰੀਕੇ ਨਾਲ ਤੁਹਾਡਾ ਲਾਇਸੈਂਸ ਤੁਹਾਡੀ ਵੇਲੋਚਿਤਾ ਚੜਿਆ ਹੋਇਆ ਹੈ ਅਭੀ ਇਹਨੇ mediante certificato ਇੱਕ ਸਰਟੀਫਿਕੇਟ ਨਾ ਕੀਤਾ ਜਾਂਦਾ ਜਿਹੜਾ ਦਿੱਤਾ ਗਿਆ ਹੁੰਦਾ ਹੈ 모تری ਦੱਸਿਓ ਨੇ ਚੀ ਅਵੇਲੇਬਲੋਂ ਫਾਲਸ ਐ ਆਫੀਸੀਨਾ ਵੱਲੋਂ ਮਾਪ ਪਰ ਮਿਲਦਾ ਜਿਹੜੇ ਆਫੀਸ਼ੀਅਰਾਂ ਜਿਹਨੂੰ ਚਲਾਇਆ ਜਾਂਦਾ ਫਿੱਟ ਕੀਤਾ ਜਾਂਦਾ ਸੋ ਐ ਫਾਲਸੋ 164 ਕੰਪਲੀਟ ਹੋ ਚੁੱਕਿਆ 165 ਹਸ ਤੋਂ ਬਾਅਦ ਇੱਕ ਹੋਰ ਪੇਜ ਹੈ ਤੇ ਆਪਣਾ ਇਸ ਤੋਂ ਬਾਅਦ ਆ ਜਿਹੜਾ ਚੈਪਟਰ ਹੈ ਖਤਮ ਹੋ ਜਾਏਗਾ ਵੇਲੋਚਿਤਾ ਮਾਸੀਮਾ ਕੌਨਸੈਂਟੀਤਾ ਦੈਲ ਲਿਮਿਟਾਟੋਰੇ ਦੀ ਵੇਲੋਚਿਤਾ ਮੈਕਸਿਮਮ ਸਪੀਡ ਲਿਮਿਟ ਦੀ ਜ਼ਿਆਦਾ ਜਿਹੜੀ ਦਿੱਤੀ ਗਈ ਹੈ ਗੱਟੀਆਂ ਨੂੰ ਠੀਕ ਹੈ ਸੋ ਉਹਦੇ ਬਾਰੇ ਵੇਖਾਂਗੇ ਬੱਤੇ ਪਹਿਲੇ ਸਵਾਲ ਤੇ ਹੁ La velocità massima consentita del limitatore ad un autobus deve essere di 100 km. Il limitatore è il bus di speed di 100 so km. Quindi, ti andremo a che So, è vero? So che la consentita del limitatore ad un autocarro di massa complessiva a pieno carico superiore a 3,5 tonnellate deve essere di 90 km. ਜੇਕਰ ਇੱਕ ਟਰੱਕੇ ਉਹਦੀ 90 ਕਿਲੋਮੀਟਰ ਸਪੀਡ ਹੋਏਗੀ ਜੇਕਰ ਉਹਦਾ ਵਜ਼ਨ 3.5 ਟਨ ਤੋਂ ਜ਼ਿਆਦਾ ਠੀਕ ਹੈ ਸੋ ਇਹ ਬੇਰੋ ਸੋ ਬੱਸ ਲਈ 90 ਹੋਏਗੀ ਟਰੱਕਾਂ ਲਈ ਜੇਕਰ ਉਹਨਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਬਸ ਇਹ ਦੋ ਗੱਲਾਂ ਤੇ ਅੰੱਚ ਰੱਖਿਓ ਅੱਗੇ ਸਾਰੇ ਫਾਲਸੋ ਹੋ ਜਾਣਗੇ ਸੋ ਅਗਲਾ ਕਹਿੰਦਾ ਆਟੋਬੱਸ ਦੀ ਦੇ ਵਿਆਸ ਸਾਰੇ ਉਤਾਂਤਾ ਫਾਲਸੋ ਹੋ ਗਿਆ ਕਿਉਂਕਿ 100 ਆ ਫਿਰ ਅਗਲਾ ਕਹਿੰਦਾ ਆਟੋਬੱਸ ਦੇ ਵਿਆਸ ਸਾਰੇ 100 ਦੀ ਅਜੀ 9 100 ਆ ਸੋ ਫਾਲਸੋ ਹੈ ਵੀ ਅਗਲਾ ਅੱਗੇ ਉਹ ਤੋਂ ਕਰਦੀ ਗੱਲ ਕਰਦਾ ਭਾ ਜਿਹਦਾ ਵਜ਼ਨ 3.5 ਟਨ ਤੋਂ ਜ਼ਿਆਦਾ ਸੋ ਫਿਰ ਇਹੋਰੇ ਲਿਖਿਆ ਨਾ ਰਹਿਤੇ ਹਾਂ ਜ਼ਰੂ ਦੇਵੇ ਅਸਰੇ ਦੀ ਉਤੰਤਾ ਕਿਲੋਮੀਟਰ 80 ਕਿਲੋਮੀਟਰ ਕਹਿੰਦਾ ਪਿਆ ਨਹੀਂ ਉਹ 90 ਦੀ ਆ ਅਗਲਾ ਫਿਰ ਸੇਮ ਆ ਉਤੋ ਕਰ ਰੋ ਦੀ ਸਪੀਡ ਦੱਸਦਾ ਪਿਆ ਜਿਹਦਾ ਵਜ਼ਨ ਸਾਢੇ 3 ਟਨ ਤੋਂ ਜ਼ਿਆਦਾ ਹੈ ਤੇ 70 ਦੀ ਸਪੀਡ ਲਿਖ ਮੈਂ ਦੱਸਦਾ ਪਿਆ ਫਾਲਸੋ ਕਿਉਂਕਿ ਉੱਥੇ 90 ਆ ਅਗਲਾ ਫਿਰ ਸੇਮ ਆ ਸਾਢੇ 3 ਟਨ ਤੋਂ ਜ਼ਿਆਦਾ ਆਉਤੋ ਕਰ ਰੋ ਤੇ ਚਿੰਤ ਤੋਂ ਲਿਖਤਾ ਚਿੰਤ ਤੋਂ ਨਹੀਂ ਹੈਗਾ 90 ਆਏ ਸੋ ਇਹ ਵੀ ਫਾਲਸੋ ਸੋ 165 ਨੰਬਰ ਪੇਜ ਆਪਣਾ ਜਲਦੀ ਜਲਦੀ ਮੁੱਕ ਗਿਆ ਹੁਣ ਇੱਕ ਵੰਦੇ ਅਗਲੇ ਪੇਜ ਤੇ 168 ਨੰਬਰ ਪੇਜ ਆ ਸਰਟੀਫਿਕੇਟੋ ਦੀ ਇੰਸਟਾਲਾਜ਼ਿਓਨੇ ਡੇਲ ਲਿਮਿਟਾਟੋਰੀ ਦੀ ਵੈਲੋਚਿ ਲਿਮਿਟਟਰ ਦੇ ਵਿਲੋਚਤਾ ਦੀ ਇੰਸਟਾਲੇਸ਼ਨ ਜਿਹੜਾ ਸਰਟੀਫਿਕੇਟ ਮਿਲੇਗਾ ਉਹਦੇ ਬਾਰੇ ਗੱਲ ਕਰਦੇ ਪਏ ਨੇ ਮਦਦੇਆਂ ਪਹਿਲੇ ਸਵਾਲ ਤੇ ਅਬੋਰ ਦੋਦਾਈ ਵੇਇਕੋਲੀ ਕੇ ਮੋਂਟਾਨੋ ਇਲਿਮਿਟਾਟੋਰੇ ਐਲਿ ਵਿਲੋਚਿਤਾ ਦੇਵੇ ਐਸਰੇ ਪ੍ਰੇਜ਼ੈਂਤੇ ਉਨਾ ਕੋਪੀਆ ਦੈਲ ਸਰਟੀਫਿਕਾਟੋ ਦੀ ਇੰਸਟਾਲਾਜ਼ਿਓਨੇ ਕੰਦਾ ਇੰਸਟਾਲੇਸ਼ਨ ਸਰਟੀਫਿਕੇਟ ਜਿਹੜਾ ਹੁੰਦਾ ਇੱਕ ਗੱਡੀ ਜਿੰਦੇ ਵਿੱਚ ਲੱਗਾ ਹੋਇਆ ਲਿਮਿਟਾਟੋਰ ਦੇ ਵਿਲੋਚਿਤਾ ਉਹਦਾ ਸਰਟੀਫਿਕੇਟ ਦੀ ਇੱਕ ਕੋਪੀ ਮੌਜੂਦ ਹੋਣੀ ਚਾਹੀਦੀ ਗੱਡੀ ਦੇ ਵਿੱਚ ਅਪੋਰ ਦੋਦਾਈ ਵੇਇਕੋਲੀ ਗੱਡੀਆਂ ਵਿੱਚ ਉਹਦੀ ਇੱਕ ਕੋਪੀ ਮੌਜੂਦ ਹੋਣੀ ਚਾਹੀਦੀ ਆ ਉਨਾ ਕੋਪੀਆ ਦ ਅਗਲਾ ਵੀ ਸੇਮ ਕੇ ਅੰਦਰ ਦੇਵੇ ਇਸ ਰਿਪਰੈਜ਼ੈਂਟੇ UNA COPIA DELL'ATTESTAZIONE DI APPOSIZIONE DEI SIGILLI DA PARTE DI OFFICINA AUTORIZZATA ਕਿੰਨਾ ਮੌਜੂਦ ਹੋਣੇ ਚਾਹੀਦਾ ਇੱਕ ਕਾਪੀਆ ਇੱਕ ਕਾਪੀ ਹੋਣੀ ਚਾਹੀਦੀ ਹੈ ਅਤ ਇਸਤਤਸਿਓਨੇ ਵੀ ਜਿਨ੍ਹਾਂ ਵਿੱਚ ਦਿੱਤਾ ਹੋਵੇ ਵੀ ਕਿੱਥੇ ਕਿੱਥੇ ਕਰਕੇ ਜਿਹੜੀ ਸੀਲ ਲੱਗਿਆ ਨਹੀਂ ਸੀ ਜਿਲੀ ਹੁੰਦਾ ਸੀਲ ਵੀ ਸੀਲ ਕਿੱਥੇ ਕਿੱਥੇ ਕਰਕੇ ਲੱਗੀ ਆ ਓਫੀਸੀਨਾ ਵੱਲੋਂ ਇਕਥੋਰਟੀ ਵਾਲੇ ਵਰਕਸ਼ਾਪ ਵੱਲੋਂ ਕਿੱਥੇ ਕਿੱਥੇ ਸੀਲ ਲੱਗੀ ਉਹਦਾ ਵੀ ਇੱਕ ਅਤ ਇਸਤਤਸਿਓਨੇ ਹੋਣਾ ਚਾਹੀਦਾ ਠੀਕ ਹੈ ਜੀ ਸੋ ਐ ਬੇਰਵਾ Sulla copia del certificato di installazione del limitatore di velocità devono risultare tra l'altro il numero e la data di redazione del certificato. Sui sforzi che hanno per copiare il certificato di installazione di limitatore di velocità di, devono risultare il numero e la data il numero di de data di redazione del certificato inoltre non è il certificato di taglia quindi il numero di data è vero devono risultare tra l'altro il numero di omologazione e di matricola del limitatore che cosa devono risultare ora vediamo il numero di omologazione la copia del numero di omologazione ਜੋਸਟ ਬਜਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੋਏਗਾ ਦਾ ਉਹ ਵੀ ਸ਼ੋ ਹੋਣਾ ਚਾਹੀਦਾ ਮਾਤ੍ਰਿਕੋਲਾ ਦੈਲ ਲਿਮਿਟਾਟੋਰੇ ਠੀਕ ਰਜਿਸਟ੍ਰੇਸ਼ਨ ਨੰਬਰ ਵੀ ਉੱਤੇ ਹੋਣਾ ਚਾਹੀਦਾ ਦੇ ਸੋ ਅਵੀ ਵੀਰੋ ਦੇਵਨੋ ਰਿਸੁਲਟਾਰੇ ਟਰਾਲਲਤ੍ਰੋ ਇਲ ਨੁਮੇਰੋ ਦੀ ਦੈਲਾਯੋ ਐ ਦੀ ਤਾਰਗਾ ਦਲ ਵੇਹਿਕੂਲੋ ਸੁ ਕੁਈ ਐ ਮੋਂਟਾਟੋ ਕਹਿੰਦਾ ਸਰਟੀਫਿਕੇਟ ਉੱਤੇ ਸ਼ੋ ਕਰਨਾ ਚਾਹੀਦਾ ਵੀ ਜਿਸ ਗੱਡੀ ਵਿੱਚ ਇਹਨੂੰ ਫਿਟ ਕੀਤਾ ਗਿਆ ਉਹਦਾ ਨੰਮਰੋ ਦੀ ਤਲਾਇਆ ਤੇ ਤਾਰਗਾ ਦਲ ਵੇਹਿਕਲੋ ਗੱਡੀ ਦਾ ਜਿਹੜਾ ਨੰਬਰ ਪਲੇਟ ਹੁੰਦਾ ਉਹ ਵੀ ਸ਼ੋ ਕਰਨਾ ਪੈਣਾ ਠੀਕ ਹੈ ਤੇ ਤਲਾਇਆ ਦਾ ਨੰਬਰ ਵੀ ਸ਼ੋ ਕਰਨਾ ਪੈਣਾ ਸੋ ਅਵੇਰੋ ਅ Devono risultare tra l'altro la dichiarazione che il limitatore è stato omologato per il tipo di veicolo su cui è montato, che andrà a risultare via show con la cita te, che dichiarazione hove. ਕੇ ਲਿਮਿਟੇਟਰਿਆ ਸਟਾਟੋ ਮੋਲੋਗਾਤੋ ਬਈ ਲਿਮਿਟੇਟਰੇ ਸੀ ਉਹ ਅਪਰੂਵਡ ਸੀ ਇੱਕ ਤਰ੍ਹਾਂ ਦਾ ਮੋਲੋਗਾਤੋ ਦਾ ਸਰਟੀਫਿਕੇਟ ਹੋਣਾ ਚਾਹੀਦਾ ਠੀਕ ਹੈ ਜੀ ਜਿਹੜੀ ਗੱਡੀ ਉੱਤੇ ਚੜ੍ਹਨੇ ਪਿਆ ਉਸ ਟਾਈਪ ਦੀ ਗੱਡੀ ਲਈ ਇਹਦਾ ਜਿਹੜਾ ਸਰਟੀਫਿਕੇਟ ਹੋਏਗਾ ਉਹ ਕੋਲ ਹੋਣਾ ਚਾਹੀਦਾ ਬਈ ਇਹ ਮੋਲੋਗਾਤੋ ਹੋਇਆ ਇਹਦਾ ਦਕੇਰਾਤਸਿਓ ਨੇ ਕੀਤਾ ਹੋਇਆ ਹੋਣਾ ਚਾਹੀਦਾ ਠੀਕ ਹੈ ਬਈ ਉਸੇ ਸਰਟੀਫਿਕੇਟ ਉੱਤੇ ਨੇ ਦਕੇਰਾਤੋ ਕੀਤਾ ਹੋਇਆ ਠੀਕ ਹੈ ਜੀ ਸੋ ਫਾਲਸੋ ਦੇਵਨੋ ਰਿਜ਼ੁਲਟਾਰੇ ਟਰਾਲਲਟਰੋ ਲੇਸਿਟੋ ਪੋਜੀਟਿਵੋ ਡੇਲਾ ਰਿਵਿਜ਼ਿਓਨੇ ਤ੍ਰੀਏਨਾਲੇ ਕਹਿੰਦਾ ਹਰ ਤਿੰਨ ਸਾਲ ਦੀ ਬਾ ਇਹ ਤਾਂ ਵੀ ਕੁਝ ਨਹੀਂ ਹੈਗਾ ਲੈ ਜਨਰਲਿਤਾ ਦਲ ਟੈਕਨੀਕੋ ਕੇ ਲੋ ਆ ਇੰਸਟਾਲਾਤੋ ਵੀ ਜਿਹੜੇ ਟੈਕਨੀਸ਼ੀਅਨ ਨੇ ਜਿਹੜੇ ਬੰਦੇ ਨੇ ਇਹਨੂੰ ਫਿੱਟ ਕੀਤਾ ਲੀਮ ਦਾ ਤਰ ਦੇ ਵੇਲੇ ਚ ਤੁਹਾਨੂੰ ਉਹਦੀ ਉਹਦਾ ਜਿਹੜਾ ਵੇਰਵਾ ਹੈ ਉਹਦੀ ਜਿਹੜੀ ਡਿਟੇਲ ਹੈ ਉਹ ਵੀ ਦੇਣੀ ਚ ਪੈਣੀ ਇੱਥੇ ਅਸੀਂ ਸਰਟੀਫਿਕੇਟ ਚ ਵੀ ਹੋਣੀ ਚਾਹੀਦੀ ਐਸੋ ਫਾਲਸੋ ਇਹਦੇ ਵਿੱਚ ਇਹ ਜਿਹੜੇ ਦੋ ਸਵਾਲ ਨੇ ਫਾਲਸੋ ਨੇ ਬਾਕੀ ਸਾਰੇ ਵੇਰ ਉਹਨੇ ਠੀਕ ਹੈ ਸੋ ਇਹ ਵੀ ਫਾਲਸੋ ਹੋ ਗਿਆ ਦੇ ਨਾਲ ਨਾਲ ਤੇ ਇਹਦੇ ਨਾਲ ਨਾਲ ਆਪਣਾ 168 ਨੰਬਰ ਪੇਜ ਵੀ ਖਤਮ ਹੋ ਗਿਆ ਤੇ ਇਹਦੇ ਨਾਲ ਆਪਣਾ ਸੱਤਵਾਂ ਚੈਪਟਰ ਵੀ ਖਤਮ ਤੇ ਅੱਜ ਦੀ ਵੀਡੀਓ ਵੀ ਇੱਥੇ ਖਤਮ ਕਰਦੇ ਆਂ ਤੇ ਹੁਣ ਗੱਲ ਕਰਦੇ ਆਂ ਆਪਣੀ ਪਿਛਲੀ ਵੀਡੀਓ 'ਚ ਪੁੱਛੇ ਗਏ ਸਵਾਲ ਤੇ ਨਵੇਂ ਸਵਾਲ ਦੀ ਜਾਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰਨੀ ਅਜ ਵੀ ਨਹੀਂ ਕੀਤਾ ਜਰੂਰ ਕਰ ਦਿਓ ਨਾਲ ਇੱਕ ਬੈਲ ਵਾਲਾ ਆਈਕਨ ਆ ਹੁੰਦਾ ਹੋਵੇਗਾ ਉਹਨੂੰ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਸਾਡੀ ਹਰ ਇੱਕ ਵੀਡੀਓ ਦਾ ਸੋ ਹੁਣ ਗੱਲ ਕਰਦੇ ਆਂ ਸਾਡੇ ਪਿਛਲੀ ਵੀਡੀਓ 'ਚ ਪੁੱਛੇ ਗਏ ਸਵਾਲ ਦੀ ਸੋ ਪਿਛਲੀ ਵੀਡੀਓ 'ਚ ਮੈਂ ਪੁੱਛਿਆ ਸੀ ਸਵਾਲ 136 ਨੰਬਰ ਪੇਜ ਤੋਂ ਜਿਹੜਾ ਸਵਾਲ ਸੀ ਉਹ ਸੀ ਪ੍ਰੀਮਾ ਦੀ ਕੰਬਿਆਰੇ ਉਨਾਰ ਵੋਤਾ ਟਾਇਰ ਬਦਲਣ ਤੋਂ ਸਹੀ ਰਹੇਗਾ ਕਿ ਅਪਲੀਕਾਰੇ ਕਰ ਦਈਏ ਵੀ ਅਪਲਾਈ ਕਰ ਦਈਏ ਸਿਰਫ ਇੱਕੋ ਕੂਨੇਓ ਫੇਰ ਮਰ ਬੋਤਾ ਵੀ ਇੱਕੋ ਕੂਨੇਓ ਲਗਾ ਦਈਏ ਉਈ ਬੋਤਾ ਸੇ ਸੈਂਸੀ ਅਨਸੀਰੀਤਾ ਐਲ ਫਰੇਨੋ ਡੀ ਸਟਾਸ਼ਨਮੈਂਟੋ ਜੇਕਰ ਤੁਸੀਂ ਹੈਂਡ ਬ੍ਰੇਕ ਲਗਾਈ ਹੋਈ ਹੈ ਫਿਰ ਕਹਿੰਦਾ ਇੱਕੋ ਟਾਇਰ ਥੱਲੇ ਤੁਸੀਂ ਆਪਣਾ ਕੂਨੇਓ ਦੇ ਦੋ ਬੋਤੇ ਸੋ ਫਾਲਸੋ ਹੈਂਦਾ ਕਿਉਂਕਿ ਆਪਾਂ ਨੂੰ ਸਾਰੇ ਟਾਇਰਾਂ ਤੇ ਕੂਨੇਓ ਦੇਣਾ ਪੈਣਾ ਸੋ ਜੀ ਇਹ ਫਾਲਸੋ ਹੁਣ ਗੱਲ ਕਰਦੇ ਆਂ ਆਪਣੀ ਅੱਜ ਦੇ ਸਵਾਲ ਦੀ ਤੇ ਕਮੈਂਟਾਂ ਜਵਾਬ ਜ਼ਰੂਰ ਦਿਆ ਕਰੋ ਤਾਂ ਜੋ ਤੁਹਾਡੀ ਰੀਵਿਊ ਬਦੇ ਤਰੀਕੇ ਨਾਲ ਹੋ ਸਕੇ ਸੋ ਚਲੋ ਸ਼ੁਰੂ ਕਰਦੇ ਆਂ ਜੀ ਆਪਣੇ ਅੱਜ ਦੇ ਸਵਾਲ ਨੂੰ ਸੋ ਜੀ ਐਸਾਡ ਅੱਜ ਦਾ ਸਵਾਲ ਲਾ ਲੂਗੇ ਸਮਾ ਸੀਮਾ ਨੋਨ ਸੁਪੀਰੀਓਰੇ ਦੇ ਵਹੀਕਲੀ ਨੋਨ ਐ ਫਿਸਸਾਟੋ ਪਰ ਨੋਰਮਾ ਇਨ ਕਵਾਂਟੋ ਡਿਪੈਂਦੇ ਦਲ ਕਾਰੀਕੋ ਟ੍ਰਾਂਸਪੋਰਟਾਟੋ ਆਪਣਾ ਜਵਾਬ ਮੈਨੂੰ ਕਮੈਂਟਾਂ ਚ ਵੇਰ ਦਾ ਵੀ ਤੇ ਫਾਲਸੋ ਦਾ ਵੀ ਸੋ ਚੰਗਾ ਜੀ ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰਬ ਰੱਖਾ